ਈਵੀਐਮ ਦਾ ਰਾਜੀਵ ਕੁਮਾਰ ਜਿਹੜੇ ਮੁੱਖ ਚੋਣ ਕਮਿਸ਼ਨਰ ਨੇ ਭਾਰਤ ਦੇ, ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਲੰਮੀ ਚੌੜੀ ਜਿਵੇਂ ਕਿ ਹੁੰਦਾ ਇੱਕ, ਉਹ ਜਦੋਂ ਈਵੀਐਮ ਵਾਲਾ ਸਵਾਲ ਆਇਆ ਪੱਤਰਕਾਰਾਂ ਨੇ ਪੁੱਛਿਆ, ਕਹਿੰਦੇ ਮੈਨੂੰ ਪਤਾ ਸੀ ਤੁਸੀਂ ਪੁੱਛੋਗੇ ਅਤੇ ਮੈਂ ਰਾਤ ਨੂੰ ਤਿਆਰੀ ਕੀਤੀ ਅਤੇ ਸ਼ਾਇਰੀ ਵੀ ਲਿਖੀ ਹੈ, ਪਹਿਲਾਂ ਮੈਂ ਉਹ ਸਾਂਝੀ ਕਰ ਦਿੰਦਾ ਆਪਣੇ ਦਰਸ਼ਕਾਂ ਨਾਲ ਵੀ ਜਿਹੜੇ ਨਹੀਂ ਸੁਣੀ, ਉਸ ਤੋਂ ਬਾਅਦ ਚਰਚਾ ਕਰਦੇ ਹਾਂ ਕਿ ਈਵੀਐਮ ਨੂੰ ਲੈ ਕੇ ਜਿਹੜੇ ਸਵਾਲ ਉੱਠਦੇ ਉਹਦਾ ਜਵਾਬ ਉਹਨਾਂ ਨੇ ਕੀ ਦਿੱਤਾ। ਫਿਰ ਰਾਤ ਕੋ ਮੈਨੇ ਕੁਛ ਲਿਖਾ ਆਪਣੇ ਹੱਥ ਸੇ, ਉਹ ਫਿਰ ਆਪਕੋ ਸੁਣਾਤਾ ਹੂੰ। ਅਧੂਰੀ ਹਸਰਤੋਂ ਕਾ ਇਲਜ਼ਾਮ, ਅਧੂਰੀ ਹਸਰਤੋਂ ਕਾ ਇਲਜ਼ਾਮ ਹਰ ਬਾਰ ਹਮ ਪਰ ਲਗਾਨਾ ਠੀਕ ਨਹੀਂ, ਇਹ ਈਵੀਐਮ ਕਹਿ ਰਹੀ ਹੈ, ਮੈਂ ਨਹੀਂ ਕਹਿ ਰਹਾ ਹੂੰ। ਅਧੂਰੀ ਹਸਰਤੋਂ ਕਾ ਇਲਜ਼ਾਮ ਹਰ ਬਾਰ ਹਮ ਪੇ ਲਗਾਨਾ ਠੀਕ ਨਹੀਂ, ਵਫਾ ਖੁਦ ਸੇ ਨਹੀਂ ਹੋਤੀ, ਖਤਾ ਈਵੀਐਮ ਕੀ ਕਹਿਤੇ ਹੋ। ਔਰ ਬਾਅਦ ਮੇਂ ਗੋਇਆ ਜਬ ਪਰਿਣਾਮ ਆਤਾ ਹੈ ਤੋ ਉਸ ਪੇ ਕਾਇਮ ਵੀ ਨਹੀਂ ਰਹਤੇ, ਆਪ ਹੀ ਕੇ ਪਕਸ਼ ਮੇਂ ਰਿਜ਼ਲਟ ਆ ਜਾਤਾ ਹੈ। ਇਹ ਕਿਆ ਬਾਤ ਹੈ ਭਾਈ, ਕਿਤਨੇ ਦਿਨ। ਈਵੀਐਮਸ ਆਰ 100% ਸੇਫ, 100% ਸ਼ੋਰ, ਵੀ ਨੋ ਨਾਓ ਇਨ ਲਾਸਟ 2 ਈਅਰਸ ਅਗੇਨ ਵੀ ਹੈਵ ਡਨ। ਤਾਂ ਤੁਸੀਂ ਇਹ ਵੀ ਸੁਣ ਲਿਆ, ਸਾਰਿਆਂ ਨੇ ਸੁਣ ਲਿਆ, ਉਹ ਕਹਿੰਦੇ ਵੀ ਖਤਾ ਤੁਹਾਡੇ ਤੋਂ ਨਹੀਂ ਹੁੰਦੀ ਅਤੇ ਐਵੇਂ ਦੀਆਂ ਗੱਲਾਂ ਕਰਦੇ ਹੋ, ਸਿੱਧਾ ਤੌਰ 'ਤੇ ਵਿਰੋਧੀਆਂ ਨੂੰ ਇੱਕ ਤਰ੍ਹਾਂ ਦੀ ਸੰਬੋਧਨ ਹੋ ਕੇ ਉਹਨਾਂ ਨੇ ਆਖਿਆ। ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਦੇਖੋ ਇਹ ਸਿਰਫ ਓਪੋਜੀਸ਼ਨ ਪਾਰਟੀ, ਦੇਸ਼ ਦੇ ਵਿੱਚ ਬਹੁਤ ਸਾਰੀ ਜਨਤਾ ਜਿਹੜੀ ਸੁਪਰੀਮ ਕੋਰਟ ਤੱਕ ਵੀ ਗਈ ਹੈ, ਔਰ ਸੁਪਰੀਮ ਕੋਰਟ ਜਿਹੜਾ ਇਸ ਕੇਸ 'ਤੇ ਡੀਲ ਕਰ ਰਿਹਾ ਸੀ ਉਹਦੇ 2 ਜੱਜ ਬਦਲ ਦਿੱਤੇ ਗਏ ਨੇ, ਅਗਰ ਖਦਸ਼ਾ ਨਹੀਂ ਹੈ ਤਾਂ ਫਿਰ ਸਰਕਾਰ ਨੂੰ ਬੈਲਟ 'ਤੇ ਕਰਵਾ ਦੇਣੇ ਚਾਹੀਦੇ। ਹੁਣ ਦੇਖੋ ਵਰਲਡ ਦੇ ਬਹੁਤ ਸਾਰੇ ਦੇਸ਼ ਨੇ, ਵਰਲਡ ਛੱਡੋ, ਜਿੱਥੇ ਈਵੀਐਮ ਬਣੀਆਂ ਨੇ, ਮਸ਼ੀਨਾਂ ਬਣੀਆਂ, ਉਹ ਜਪਾਨ 'ਚ ਬਣੀਆਂ ਨੇ, ਜਪਾਨ ਦੇ ਵਿੱਚ ਬੈਲਟ 'ਤੇ ਇਲੈਕਸ਼ਨ ਹੁੰਦੀ ਆ, ਔਰ ਜਿਹੜੀ ਵੀ ਬੰਦੇ ਨੇ ਮਸ਼ੀਨਾਂ ਬਣਾਈਆਂ ਉਹ ਬੰਦੇ ਨੇ ਬਣਾਈਆਂ, ਔਰ ਹਰ ਮਸ਼ੀਨ ਦੇ ਵਿੱਚ ਜਿਹੜੀ ਇਲੈਕਟ੍ਰੋਨਿਕ ਆਈਟਮ ਆ ਉਹ ਕੁਝ ਵੀ ਹੋ ਸਕਦਾ, ਲੇਕਿਨ ਉਹ ਉਹਨਾਂ ਨੇ ਜਿਹੜਾ ਇਹ ਜਿਹੜੇ ਮੈਨੂੰ ਇਹ ਲੱਗਦਾ ਕਿ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਇਹ ਟੌਂਟਿੰਗ ਕਿਹਨਾਂ ਨੂੰ ਮਾਰੀ ਆ, ਇਹ ਕਾਂਗਰਸ ਨੂੰ ਮਾਰੀ ਟੌਂਟਿੰਗ, ਇਹ ਹੋ ਸਕਦਾ CPI, CPM, BSP ਜਿੰਨੀਆਂ ਵੀ ਪਾਰਟੀਆਂ ਨੇ, ਓਪੋਜੀਸ਼ਨ ਪਾਰਟੀਆਂ, ਸੈਂਟਰ ਸਰਕਾਰ, ਇੰਡੀਆ ਗੱਠਜੋੜ 'ਚ ਖੜੀ, ਇੰਡੀਆ ਗੱਠਜੋੜ ਲਾ ਲਓ, ਜਾਂ ਜਿਹੜੇ ਕਈ ਐਡਵੋਕੇਟ ਨੇ ਉਹ ਸੁਪਰੀਮ ਕੋਰਟ 'ਚ ਲਾ ਰਹੇ ਨੇ ਕਿ ਕਿਉਂ ਜੇ ਪੂਰੀ ਦੁਨੀਆ ਵਿੱਚ ਅਮੈਰੀਕਾ, ਕਨੇਡਾ, ਜਰਮਨੀ, ਆਸਟ੍ਰੇਲੀਆ, ਜਪਾਨ, ਹਰ ਮੁਲਕ ਦੇ ਵਿੱਚ ਬੈਲਟ ਪੇਪਰ ਦੇ ਨਾਲ ਇਲੈਕਸ਼ਨ ਹੁੰਦੀ ਆ, ਤੇ ਫਿਰ ਇੰਡੀਆ ਦੇ ਵਿੱਚ ਕਿਉਂ ਇਹ ਬਣਾਇਆ ਗਿਆ, ਇਸ ਮਸਲਾ, ਇਸ ਜਵਾਬ ਤੋਂ ਇੱਕ ਗੱਲ ਤਾਂ ਕਲੀਅਰ ਹੈ ਕਿ ਇੰਡੀਆ 'ਚ ਅੱਗੇ ਤੋਂ ਕਦੇ ਵੀ ਬੈਲਟ ਪੇਪਰ ਨਾਲ ਚੋਣ ਨਹੀਂ ਹੋਣੀ, ਕਿਉਂਕਿ ਕਹਿੰਦੇ 100% ਪੂਰੀ ਕਰੈਕਟ ਉਹ ਜਿਹੜੀ ਹੈਗੀ ਆ ਇਨਫੋਰਮੇਸ਼ਨ ਜਿਹੜੀ ਹੁੰਦੀ ਉਹਦੇ ਨਾਲ ਜਿਹੜਾ ਵਰਕ ਕਰਦੀਆਂ। ਨਹੀਂ ਫਿਰ ਮਸ਼ੀਨਾਂ ਹੋਰ ਬੁਲਾ ਲੈਣ, ਕਿਉਂਕਿ ਜਿਹੜੇ ਨਾਲ ਈਵੀਐਮ ਮਸ਼ੀਨਾਂ ਦੇ ਨਾਲ ਜੇ ਆਪਾਂ ਕਹਿੰਦੇ ਕਿ 100% ਸੇਫ ਆ, ਫਿਰ 100% ਸਰਕਾਰ ਹੁਣ ਤੱਕ ਰੇਂਜ ਕਿਉਂ ਨਹੀਂ ਕਰ ਪਾਈ VVPAT? ਹਰ ਜਿਹੜਾ ਵੋਟਰ ਆ, ਜਿੰਨਾ ਵੀ ਹੁਣ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਨੇ ਵੀ ਵੋਟਿੰਗ ਰਾਈਟ ਜਿਨ੍ਹਾਂ ਨੇ ਪਾਉਣੀ ਆ, ਉਹਨਾਂ ਨੂੰ ਇਹ ਮਿਲਣਾ ਚਾਹੀਦਾ ਨਾ ਕਿ ਹਰ ਮਸ਼ੀਨ 'ਤੇ ਮੈਂ ਵੋਟ ਪਾਈ ਹੈ ਨਾ, ਅਤੇ ਮੈਂ ਵੋਟ ਦੇਖ ਉਹਦਾ ਪ੍ਰਿੰਟ ਨਿਕਲੇ। ਉਹ ਹੁਣ 70 ਕਰੋੜ EVM ਮਸ਼ੀਨਾਂ 'ਤੇ ਆ, ਸਾਰੀਆਂ 'ਤੇ ਕਿਉਂ ਨਹੀਂ ਹੈਗਾ ਨਾ? ਹਰ ਇੱਕ ਵੋਟਰ ਦਾ ਰਾਈਟ ਹੈ ਕਿ ਮੈਂ ਜਿਹੜੀ ਵੀ ਪਾਰਟੀ ਨੂੰ ਵੋਟ ਪਾਈ ਆ ਉਹਦਾ VVPAT ਨਿਕਲੇ, ਉਹਦਾ ਰਿਜ਼ਲਟ ਲਿਖੇ ਕਿ ਹਾਂ ਮੈਂ ਪ੍ਰੋਪਰ ਪਾਈ ਆ, ਤਾਂ ਫਿਰ ਪਤਾ ਲੱਗ ਜੂਗਾ ਨਾ। ਹੁਣ ਇਹ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਡਿਸਾਈਡ ਨਹੀਂ ਕਰਨਾ, ਇਹ ਤਾਂ ਹੁਣ ਲੋਕ ਸੁਪਰੀਮ ਕੋਰਟ ਦੇ ਵਿੱਚ ਗਏ ਨੇ, ਸੁਪਰੀਮ ਕੋਰਟ ਨੇ ਇਸ ਮਸਲੇ 'ਤੇ ਹਾਲੇ ਸੀਰੀਅਸ ਨਹੀਂ ਹੋਏ, ਪਰ ਹੋ ਜਾਣਾ ਚਾਹੀਦਾ ਇਸ ਮਸਲੇ ਦੇ ਵਿੱਚ ਕਿ ਜਦ ਦੇਸ਼ ਕਹਿ ਰਿਹਾ, ਸਿਰਫ ਦੇਸ਼ ਦੀ ਸਰਕਾਰ ਨਹੀਂ ਕਹਿ ਰਹੀ ਹੈਗੀ, ਪਰ ਦੇਸ਼ ਜਦ ਕਹਿ ਰਿਹਾ ਤਾਂ ਉਹ ਲੋਕਾਂ ਨੂੰ ਸੁਪਰੀਮ ਕੋਰਟ ਨੂੰ ਇਸ 'ਤੇ ਲੈਣਾ ਚਾਹੀਦਾ ਹੈਗਾ ਕਿ ਔਰ ਬੈਲਟ ਪੇਪਰ 'ਚ ਹੋ ਜਾਣੀ ਚਾਹੀਦੀ, ਕੋਈ ਗੁਨਾਹ ਨਹੀਂ ਆ। ਜਿਹੜੇ ਦੁਨੀਆ ਦੇ ਦੇਸ਼ਾਂ ਨੇ ਇਹ EVM ਮਸ਼ੀਨ ਬਣਾਈ ਆ, ਜਦ ਉੱਥੇ ਬੈਲਟ ਪੇਪਰ ਹੈ, ਕਿਉਂਕਿ ਜਿਹੜੇ ਦੇਸ਼ ਨੇ EVM ਵਿਛਾਈ ਉਹਨੂੰ ਇਹ ਪੁੱਛਿਆ ਗਾ ਕਿ ਕੀ ਇਹ ਟੈਂਪਰ ਹੋ ਸਕਦੀ ਆ, ਉਹ ਕਹਿੰਦੇ ਕੁਝ ਕਹਿ ਨਹੀਂ ਸਕਦੇ, ਜਾਂ ਤਾਂ ਜਿਹਨੇ ਕਾਰਡ ਕੀਤੀ ਆ ਉਹ ਕਵੇ ਕਿ 100% ਟੈਂਪਰਿੰਗ ਨਹੀਂ ਹੋ ਸਕਦੀ,
ਜਿਹੜਾ ਮੁਲਕ ਜਿਹਨੇ ਇਹਦੀ ਖੋਜ ਕੀਤੀ ਆ, ਜਿਹਨੇ ਬਣਾਈ ਆ, ਉਹ 100% ਦੀ ਗਰੰਟੀ ਨਹੀਂ ਦੇ ਰਹੇ। ਇਲੈਕਸ਼ਨ ਕਮਿਸ਼ਨ 100% ਦੀ ਗਰੰਟੀ ਦੇ ਰਹੇ ਨਾ, ਉਹ ਇਲੈਕਸ਼ਨ ਕਮਿਸ਼ਨ ਨੇ ਡਿਸਾਈਡ ਨਹੀਂ ਕਰਨਾ, ਸੁਪਰੀਮ ਕੋਰਟ ਵੀ ਡਿਸਾਈਡ ਕਰ ਸਕਦੀ ਆ। ਔਰ ਅਗਰ ਦੂਜਾ ਉਹਨਾਂ ਦਾ ਜਿਹੜਾ ਸਵਾਲ ਹੈ ਕਿ ਉਹਨਾਂ ਨੇ ਸਿੱਧਾ ਟੌਂਟਿੰਗ ਮਾਰੀ ਹੈ ਕਿ ਤੁਸੀਂ ਜਦੋਂ ਤੁਹਾਡੀ ਪਾਰਟੀਆਂ ਦੀ ਕਿਸੇ ਸੂਬਾ ਸਰਕਾਰ ਬਣ ਜਾਂਦੀ ਹੈਗੀ ਆ, ਫਿਰ ਤੁਹਾਨੂੰ ਲੱਗਦਾ ਕਿ ਈਵੀਐਮ ਮਸ਼ੀਨਾਂ ਵਧੀਆ ਹੈਗਾ। ਪਰ ਬਹੁਤ ਸਾਰੀ ਇਹ ਵੀ ਚਰਚਾ ਹੈ ਕਿ ਇੱਕ ਜਿਹੜੀ ਪੋਲੀਟੀਕਲ ਪਾਰਟੀ ਆ, ਜਦੋਂ ਸੂਬਾ ਇਲੈਕਸ਼ਨ ਹੁੰਦੀ ਆ ਵੱਖ ਵੱਖ, ਉਦੋਂ ਓਪੋਜੀਸ਼ਨ ਪਾਰਟੀਆਂ ਜਿੱਤ ਜਾਂਦੀਆਂ, ਜਦੋਂ ਸੈਂਟਰ ਲੈਵਲ 'ਤੇ ਕੋਈ ਇਲੈਕਸ਼ਨ ਹੁੰਦੀ ਉਦੋਂ ਗਰੰਟੀ ਨਹੀਂ ਹੈਗੀ ਨਾ। ਕਿਤੇ ਵੀ ਹੋ ਸਕਦਾ ਕਿ ਜੇ ਸਾਰੀਆਂ ਹਿੰਦੁਸਤਾਨ ਦੇ ਵਿੱਚ, ਜਿਵੇਂ ਕਾਂਗਰਸ ਕਹਿ ਰਹੀ ਆ, ਜੇ ਸਾਰੇ ਹਿੰਦੁਸਤਾਨ ਦੇ ਵਿੱਚ ਬੀਜੇਪੀ ਦੀ ਸਰਕਾਰ ਬਣ ਜੇ, ਤਾਂ ਫਿਰ ਤਾਂ ਕਹਿਣਗੇ ਕਿ ਹਾਂ ਵੀ 100% ਹੇਰਾ ਫੇਰੀ ਆ। ਅਤੇ ਲੋਕ ਕਹਿੰਦੇ ਹੋ ਸਕਦਾ ਕਿ ਬੀਜੇਪੀ ਕਹਿੰਦੇ ਨੇ ਚਲੋ ਇੱਥੇ ਉਹ ਜਿੱਤ ਜੇ, ਇੱਥੇ ਉਹ ਜਿੱਤ ਜੇ, ਪੰਜਾਬ 'ਚ ਬੀਜੇ ਆਪ ਜਿੱਤ ਜੇ, ਦਿੱਲੀ 'ਚ ਆਪ ਜਿੱਤ ਜੇ, ਹਿਮਾਚਲ 'ਚ ਉਹ ਜਿੱਤ ਜੇ ਕਾਂਗਰਸ, ਜਾਂ ਬੰਗਾਲ 'ਚ TMC ਜਿੱਤ ਜੇ, ਝਾਰਖੰਡ 'ਚ ਜਿਹੜੇ ਉਹਨਾਂ ਦੇ ਨਾਲ ਮੁਕਤੀ ਮੋਰਚਾ ਵਾਲੇ ਜਿੱਤ ਜਾਣ, ਫਿਰ TDP ਜਿੱਤ ਜੇ ਨਾ, ਜਾਂ ਕੇਰਲਾ ਦੇ ਵਿੱਚ UDF ਜਿੱਤ ਜੇ, ਫਿਰ ਇੱਦਾਂ ਦੇ ਚਰਚਾ ਆ ਗਏ। ਪਰ ਸਵਾਲ ਹੈ ਕਿ ਜਿਹੜੇ ਦੁਨੀਆ ਦੇ ਵਿਕਸਿਤ ਦੇਸ਼ ਨੇ, ਅਸੀਂ ਉਹਨਾਂ ਇੰਡੀਆ ਉਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ ਨਹੀਂ ਆਇਆ, ਅਤੇ ਫਿਰ ਜਿਹੜੇ ਸਵਾਲ ਹੈ ਕਿ ਉੱਥੇ ਜਿਹੜੀ ਆ ਉੱਥੇ ਬੈਲਟ ਪੇਪਰ ਨਾਲ ਇਲੈਕਸ਼ਨ, ਸਾਡੇ ਤਾਂ ਨਿੱਕੇ ਨਿੱਕੇ ਜਿਹੜੇ ਪੇਪਰ ਪੈਂਦੇ ਆ ਗਏ ਨੇ ਰਿਕਰੂਟਮੈਂਟ ਦੇ, ਭਰਤੀ ਦੇ, ਉੱਥੇ ਇੱਦਾਂ ਦੀਆਂ ਲੀਕ ਹੋ ਜਾ ਰਹੇ ਨੇ। ਅਤੇ ਇਹ ਵੀ ਦਿੱਲੀ ਪਿੱਛੇ ਜੇ ਦਿੱਲੀ ਅਸੈਂਬਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਰਕੇ ਦਿਖਾਇਆ ਸੀ, ਪਰ ਹੁਣ ਕਿਉਂਕਿ ਇਲੈਕਸ਼ਨ ਕਮਿਸ਼ਨ 'ਤੇ ਤੁਹਾਨੂੰ ਯਕੀਨ ਕਰਨਾ ਪੈਂਦਾ ਹੈਗਾ। ਪਰ ਯਕੀਨ ਹੈ ਕਿ 100% ਜਿਹੜੇ VVPAT ਦੇ ਨਾਲ ਹੁਣ ਤਾਂ ਲੋਕਾਂ ਦੇ ਜਿਹੜੇ ਭਰਮ ਭੁਲੇਖੇ ਨੇ ਉਹ ਨਿਕਲ ਜਾਣ। ਔਰ ਸਵਾਲ ਇਹ ਹੈ ਕਿ ਜਦ ਹਿੰਦੁਸਤਾਨ ਦੀਆਂ ਸਾਰੀਆਂ ਪਾਰਟੀਆਂ ਕਹਿ ਰਹੀਆਂ ਨੇ, ਤਾਂ ਫਿਰ ਕਰ ਦੇਣਾ ਚਾਹੀਦਾ। ਖਦਸ਼ਾ ਤਾਂ ਲੋਕਾਂ ਨੂੰ ਬਹੁਤ ਸਾਰਾ ਹੈ ਕਿ ਆਖਿਰ ਜਦੋਂ BJP ਕਹਿੰਦੀ ਅਸੀਂ 303 ਹੀ ਲੈਣੀ, ਉਹ 303 ਹੀ ਆਉਂਦੀਆਂ ਹੈਗੀਆਂ ਨਾ, ਖਦਸ਼ੇ ਤਾਂ ਬਹੁਤ ਸਾਰੇ ਨੇ। ਸੁਪਰੀਮ ਕੋਰਟ ਦੇ ਵਕੀਲ ਲੱਗੇ ਹੋਏ ਨੇ ਕੇਸ 'ਤੇ, ਜਿਹੜਾ VVPAT ਜਿਹੜਾ ਇਲੈਕਟ੍ਰੋਨਿਕ ਮਸ਼ੀਨ EVM ਮਸ਼ੀਨਾਂ ਛੱਡ ਕੇ ਬੈਲਟ ਪੇਪਰ ਆਉਣ, ਉਹ ਬੈਲਟ ਪੇਪਰ ਮੈਨੂਅਲ ਆ। ਹੁਣ ਸਵਾਲ ਹੈ ਕਿ ਬੈਲਟ ਪੇਪਰ ਮੈਨੂਅਲ ਆ ਗਿਆ ਪਾਕਿਸਤਾਨ ਦੇ ਵਿੱਚ ਕੀ ਹੋ ਗਿਆ, ਬੈਲਟ ਪੇਪਰ ਹੀ ਬਦਲ ਦਿੱਤੇ ਗਏ ਨੇ। ਇੱਥੇ ਵੀ ਪਹਿਲਾਂ EVM ਮਸ਼ੀਨਾਂ ਕਿਉਂ ਆਈਆਂ ਸੀ, ਕਿਉਂਕਿ ਕੈਪਚਰਿੰਗ, ਬੂਥ ਕੈਪਚਰਿੰਗ 'ਚ ਬਹੁਤ ਹੋ ਜਾਂਦੀ ਸੀ, ਧੱਕੇ ਨਾਲ ਲੋਕਾਂ ਕੋਲ ਖੋ ਕੇ ਮੋਹਰਾਂ ਲਾਈਆਂ ਜਾਂਦੀਆਂ ਸੀ, ਉਹਦੀ ਕਾਢ ਆਈ EVM ਮਸ਼ੀਨਾਂ। ਹੁਣ EVM ਮਸ਼ੀਨਾਂ 'ਤੇ ਵੀ ਡਾਊਟ ਆ। ਹੁਣ ਹਿੰਦੁਸਤਾਨ ਦੇ ਵਿੱਚ ਕੀ ਆ ਕਿ ਖਾਸ ਕਰਕੇ ਸਾਡੀਆਂ ਰਗਾਂ ਦੇ ਵਿੱਚ, ਭਾਰਤੀ ਲੋਕਾਂ ਦੇ ਰਗਾਂ ਦੇ ਵਿੱਚ ਹੇਰਾ ਫੇਰੀ ਦੀ ਵੀ ਖਦਸ਼ੇ ਬਹੁਤ ਆ। ਕੋਈ ਚੰਗੀ ਚੀਜ਼ ਚੰਗੇ ਕੰਮ ਵਾਸਤੇ ਆਉਂਦੀ, ਅਸੀਂ ਉਹਦਾ ਉਲਟਾ ਕੰਮ ਕਰ ਲੈਂਦੇ ਹੈਗੇ ਜੀ। ਪਿੱਛੇ ਜੇ ਕਹਿੰਦੇ ਸਿੰਗਾਪੁਰ, ਜਦੋਂ ਸਿੰਗਾਪੁਰ ਆਈ ਥਿੰਕ ਜਾਂ ਕੈਨੇਡਾ ਦੇ ਵਿੱਚ ਕੀ ਕਹਿੰਦੇ ਕਿ ਉਹ ਮਸ਼ੀਨ ਸੀ ਬੂਟ ਪਾਲਿਸ਼ ਵਾਲੀ। ਹੁਣ ਪੰਜਾਬ ਦੇ ਵਿੱਚ ਵੀ ਜਾਂ ਇੰਡੀਆ ਦੇ ਵਿੱਚ ਵੀ ਜਿਹੜੇ 5-star ਜਾਂ 7-star ਹੋਟਲ ਹੈਗੇ ਨੇ, ਉੱਥੇ ਬੂਟ ਪਾਲਿਸ਼ ਕਰਨ ਲਈ ਮਸ਼ੀਨਾਂ ਲੱਗੀਆਂ ਹੈਗੀਆਂ ਨਾ। ਇੱਕ ਜੇ ਕਾਲੇ ਬਲੈਕ ਸ਼ੂਜ਼ ਜਾਂ ਕਿ ਬਰਾਊਨ ਸ਼ੂਜ਼ ਹੈਗੇ ਨੇ, ਉੱਥੇ ਹੁੰਦਾ ਸੀਗੇ ਦੂਜਾ ਪੈਰ ਤੁਸੀਂ ਪਾਓ ਤਾਂ ਪਾਲਿਸ਼ ਹੋਊਗੀ, ਜੇ ਤੁਸੀਂ ਪੈਸੇ ਪਾਓਗੇ। ਪੰਜਾਬ ਜਿਹੜੇ ਦੇਸ਼ ਦੀ ਜਨਤਾ ਸੀ, ਜਿਹੜੇ ਇੰਡੀਅਨ ਸੀ, ਉਹਨਾਂ ਕੀ ਕੀਤਾ ਹੈਗਾ, ਇੱਕ ਬੂਟ ਇੱਕ ਮਸ਼ੀਨ ਤੋਂ ਕਰਵਾ ਲਿਆ, ਦੂਜਾ ਬੂਟ ਦੂਜੇ ਮਸ਼ੀਨ ਤੋਂ ਕਰਵਾ ਲਿਆ ਨਾ। ਸਾਡੇ ਹਿੰਦੁਸਤਾਨੀਆਂ ਦੇ ਰਗਾਂ ਦੇ ਵਿੱਚ ਹੇਰਾ ਫੇਰੀ ਹੈਗੀ ਆ। ਇਸੇ ਕਰਕੇ ਤਾਂ ਮੁਗਲ ਕਾਲ ਤੋਂ ਲੈ ਕੇ ਅੰਗਰੇਜ਼ਾਂ ਤੱਕ ਸਾਡੇ 'ਤੇ ਰਾਜ ਕਰਦੇ ਰਹੇ ਨੇ। ਸਾਡੇ ਖੂਨ ਦੇ ਵਿੱਚ ਹੀ ਵਫਾਦਾਰੀ ਨਹੀਂ ਹੈ ਨਾ ਜੀ, ਸਾਡੇ 'ਚ ਇਹ ਹੈ, ਅਸੀਂ ਹੇਰਾ ਫੇਰੀ ਬਹੁਤ ਕਰਦੇ ਨੇ, ਸਾਨੂੰ ਇਹ ਸਾਡੇ ਛਲਾਵਾ ਬਹੁਤ ਆ, ਛਲ ਕਪਟ ਬਹੁਤ ਜ਼ਿਆਦਾ, ਧੋਖਾ ਬਹੁਤ ਆ। ਇਸ ਕਰਕੇ ਜਦੋਂ ਇੱਕ ਕੌਮ ਦੇ ਵਿੱਚ ਬਹੁਤ ਸਾਰਾ ਧੋਖਾ ਹੋਵੇ, ਤਾਂ ਫਿਰ ਹਰ ਚੀਜ਼ 'ਤੇ ਉਹ ਸ਼ੱਕ ਦੇ ਨਜ਼ਰੀਏ ਦੇ ਨਾਲ ਦੇਖਦੇ ਹੈਗੇ ਨੇ। ਪਰ ਲੋਕਾਂ ਨੂੰ ਇਹ ਉਮੀਦ ਸੀ ਕਿ ਇਹ ਵਾਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਪਰੀਮ ਕੋਰਟ ਵੀ EVM ਮਸ਼ੀਨਾਂ 'ਤੇ ਕੋਈ ਨਾ ਕੋਈ ਫੈਸਲਾ ਲੈ ਸਕਦੀ ਆ, ਪਰ ਹੁਣ ਤਾਂ ਮੁਸ਼ਕਲ ਆ। ਹੁਣ ਤਾਂ ਲੋਕਾਂ ਨੂੰ 24 ਦਾ ਰਿਜ਼ਲਟ ਦੇਖਣਾ ਪੈਣਾ ਹੈਗਾ ਕਿ ਲੋਕਾਂ ਦੀ ਉਮੀਦ ਦੇ ਹਿਸਾਬ ਦੇ ਨਾਲ ਜਾਂ ਪੋਲੀਟੀਕਲ ਪਾਰਟੀਆਂ ਦੀ ਉਮੀਦ ਦੇ ਹਿਸਾਬ ਨਾਲ। ਜੇ ਤਾਂ BJP ਜਿੱਤ ਗਈ, ਫਿਰ ਲੋਕ ਕਹਿਣਗੇ ਕਿ EVM ਦੀ ਖੇਡ ਹੋਈ ਆ,
ਅਤੇ ਜੇ ਦੂਜੀਆਂ ਪਾਰਟੀਆਂ ਜਿੱਤ ਗਈਆਂ ਬਰਾਬਰ ਦੀ ਟੱਕਰ ਬਣ ਗਈ ਕਿ ਜੇ ਬੀਜੇਪੀ ਨੂੰ 276 ਵੀ ਮੁਸ਼ਕਲ ਆਈਆਂ, ਫਿਰ ਲੋਕਾਂ ਨੇ ਕਹਿਣਗੇ ਹਾਂ ਈ ਵੀ ਐੱਮ ਮਸ਼ੀਨਾਂ ਸਹੀ ਹੈਗੀਆਂ ਨੇ। ਇਹ ਇੱਦਾਂ ਦੇ ਸਵਾਲ ਜਿਹੜੇ ਨੇ ਖੜ੍ਹੇ ਹੁੰਦੇ ਰਹਿਣੇ ਆ, ਇਹ ਤਾਂ ਮੈਨੂੰ ਲੱਗਦਾ ਕਿ ਉਦੋਂ ਹੀ ਹੋ ਸਕਦਾ ਜੇ ਬੈਲਟ ਪੇਪਰ ਆ, ਅਤੇ ਬੈਲਟ ਪੇਪਰ ਦੇ ਵਿੱਚ ਬੂਥ ਕੈਪਚਰਿੰਗ ਦੀ ਬਹੁਤ ਜ਼ਿਆਦਾ ਸੰਭਾਵਨਾ ਬਣੀ ਰਹਿੰਦੀ ਹੈ।